सर इहदा कारण परसों तो शुरू होया आ। इन्हां ने मेरे पापा दे नाल मार कुटाई कीती आ, इह सारे जने इन्हां ने। इन्हां ने पापा दे सिर च बहुत ज़्यादा सट्टा मारियां आ। जैलसी इन्हां नूं इस गल दी है कि मेरे पापा बसपा अंबेदकर पार्टी दे प्रधान आ, इस गल तो इन्हां नूं जैलसी आ। ते कहिंदे कि आपां तेरी प्रधानगी कढ़नी आ। ते इन्हां ने उस दिन पापा हाले ड्यूटी तो आया ते इन्हां ने अटैक किया आ। ते अज दी गल इह होई आ कि अज आपां सारे घर कल्ले सी, मैं, मेरी छोटी सिस्टर, मेरा छोटा ब्रदर, मेरे दादी ते बुआ, ਆਪਾਂ ਸਾਰੇ ਘਰ ਇਕੱਲੇ ਸੀ। ਘਰ ਕੋਈ ਜੈਂਟਸ ਵੀ ਨਹੀਂ ਸੀ। ਇਹਨਾਂ ਨੇ ਆ ਕੇ ਤੇ ਗੇਟ ਦੇ ਉੱਤੇ ਬੋਤਲਾਂ ਮਾਰਨੀਆਂ ਸ਼ੁਰੂ ਕਰਤੀਆਂ, ਇਹਨਾਂ ਨੇ ਗੇਟ ਖੜਕਾਉਣਾ ਸ਼ੁਰੂ ਕਰਤਾ, ਅੰਦਰ ਵੜਨ ਦੀ ਕੋਸ਼ਿਸ਼ ਕੀਤੀ, ਫੈਰ ਕਿੰਨਾ ਮਾਰੋ ਮਾਰੀ। ਬੋਲਾਂ ਮਾਰੀਂਗੇ ਜਾਂ ਕੀ ਨਾਮ? ਇਹ ਗੋਰਾ, ਡੋਰੀ, ਯੂਵੀ ਆਦਿ, ਲਵਲੀ ਤੇ ਇਹਨਾਂ ਦੇ ਭੂਆ ਦੇ ਮੁੰਡੇ ਹੈਗੇ ਰੋਹਨ ਤੇ ਕੁਸ਼ਾਨ। ਕਿੰਨੇ ਕੁ ਜਾਣੇ ਸੀ? ਇਹ ਨਹੀਂ ਪਤਾ ਕਿਉਂਕਿ ਆਪਾਂ ਅੰਦਰ ਸੀ, ਲੱਗਣ ਤੇ ਦੇ ਸੀ ਕਿ 30-40 ਬੰਦੇ ਹੈਗੇ ਆ। ਇਹਨਾਂ ਨੇ ਉੱਤੋਂ ਸਾਡੇ ਕੋਠੇ ਤੋਂ ਵੀ ਵੜਨ ਦੀ ਕੋਸ਼ਿਸ਼ ਕੀਤੀ ਆ, ਜੋ ਕਿ ਆਪਾਂ ਭੱਜ ਦੌੜ ਕਰਕੇ ਗੇਟ ਬੰਦ ਕਰ ਲਿਆ ਤੇ ਆਪਾਂ ਬਚ ਗਏ ਆ। ਇਹਨਾਂ ਨੇ ਉੱਤੇ ਵੀ ਬੋਤਲਾਂ ਮਾਰੀਆਂ ਆ। ਇਹਨਾਂ ਨੇ ਕਿਹਾ ਕਿ ਆਪਾਂ ਘਰ ਦਾ ਕੱਲਾ ਕੱਲਾ ਜੀ ਮਾਰਨਾ, ਇੱਕ ਨੂੰ ਤੇ ਹਸਪੀਟਲ ਪਹੁੰਚਾਤਾ, ਹੁਣ ਕੱਲੇ ਕੱਲੇ ਜੀ ਨੂੰ ਜਾਨੋਂ ਮਾਰਨਾ ਆ। ਮੈਂ ਇਸ ਟਾਈਮ ਤੇ ਪ੍ਰੈਗਨੈਂਟ ਆ ਤੇ ਉਹ ਕਹਿੰਦੇ ਕਿ ਆਪਾਂ ਤੈਨੂੰ ਵੀ ਨਹੀਂ ਰਹਿਣ ਦੇਣਾ। ਮੈਂ ਆਪਣੇ ਸਹੁਰਿਆਂ ਤੋਂ ਇੱਥੇ ਆਈ ਹੋਈ ਹਾਂ ਤੇ ਇਹ ਇਸ ਤਰ੍ਹਾਂ ਕਰਨ ਦੇ, ਧਮਕੀਆਂ ਲਾਉਣ ਦੇ ਆ, ਮੈਨੂੰ ਵੀ, ਮੇਰੇ ਹਸਬੈਂਡ ਤੱਕ ਨੂੰ ਧਮਕੀ ਲਾਉਣ ਦੇ ਆ। ਹੁਣ ਪੁਲਿਸ ਨੂੰ ਪ੍ਰਸ਼ਾਸਨ ਨੂੰ ਤੁਸੀਂ ਕੰਪਲੇਂਟ ਕੀਤੀ ਹੈ, ਕੀ ਪ੍ਰਸ਼ਾਸਨ ਦੇਖਦੇ ਹੋ ਤੁਹਾਨੂੰ ਪੁਲਿਸ? ਪੁਲਿਸ ਆਏ ਸੀਗੀ, ਉਹ ਸਰ ਆਏ ਸੀ ਤੇ ਉਹਨਾਂ ਨੂੰ ਕੰਪਲੇਂਟ ਦਿੱਤੀ, ਉਹਨਾਂ ਨੇ ਕਾਰਵਾਈ ਦਰਜ ਕਰ ਲਿੱਤੀ ਹੋਈ ਆ। ਉਹ ਕਹਿੰਦੇ ਆ ਕਿ ਸਵੇਰੇ 11 ਵਜੇ ਤੁਸੀਂ ਸਾਡੇ ਕੋਲ ਆਓ। ਤੇ ਬਸ ਇਹੀ ਮੰਗ ਹੈ ਪ੍ਰਸ਼ਾਸਨ ਤੋਂ ਸਾਡੀ ਕਿ ਸਾਨੂੰ ਇਨਸਾਫ ਚਾਹੀਦਾ ਆ। ਇਹਨਾਂ ਤੋਂ ਸਾਨੂੰ ਬਹੁਤ ਜ਼ਿਆਦਾ ਖਤਰਾ ਆ, ਸਾਨੂੰ ਜਾਨ ਤੋਂ ਖਤਰਾ। ਸਾਡਾ ਨਹੀਂ ਸੀ ਸਰ, ਸਾਡਾ ਝਗੜਾ ਨਹੀਂ ਸੀ, ਮੇਰੇ ਦਿਉਰਾਂ ਦੇ ਬੱਚੇ ਲੜਦੇ ਸੀਗੇ। ਜਦੋਂ ਇਹਨਾਂ ਸਿਰ ਮੂੰਹ ਪਾੜ ਗਏ, ਅਸਾਂ ਨੂੰ ਜਦੋਂ ਪਤਾ ਲੱਗਾ ਤਾਂ ਉੱਪਰ ਸੀ ਧੋਰ, ਜਿੰਨਾ ਚਿਰ ਅਸੀਂ ਉੱਤਰ ਕੇ ਆਏ ਇਹਨਾਂ ਦੀ ਲੜਾਈ ਲੱਗ, ਮਤਲਬ ਕਿ ਖੂਨ ਇੱਕ ਦੂਜੇ ਦੇ ਨਿਕਲ ਗਿਆ ਸੀਗਾ, ਹੈ ਨਾ? ਤੇ ਉਹ ਤੋਂ ਬਾਅਦ ਵਿੱਚ ਅਸੀਂ ਕੀਤਾ, ਮੈਂ ਕਿਹਾ ਲਵਲੀ ਛਡਾ ਦੇ, ਹਾਲੇ ਕੋਲ ਨੂੰ ਹੀ ਗਿਆ ਉਹ ਤੇ ਮੁੱਲ ਤੇ ਪਤਾ ਨਹੀਂ ਕਿਨ ਮਾਰਿਆ ਸੀ, ਨਾ ਲੈਂਦੇ ਕਿਨ ਮਾਰਿਆ ਸਾਨੂੰ ਪਤਾ ਹੀ ਨਹੀਂ ਕਿਹਦਾ ਵੱਜਾ ਹੱਥ। ਅੱਛਾ ਮੈਂ ਕਹਿੰਦਾ ਦੇਖ ਲਓ ਮੰਮੀ ਮੇਰੇ ਵੱਜ ਗਿਆ, ਮੈਂ ਤੂੰ ਇੱਧਰ ਆ ਜਾ। ਤੇ ਇਹ ਜਨਾਨੀ ਜੁੱਤੀਆਂ ਮਾਰੀ ਜਾਂਦੀ ਸੀ ਉਹਨਾਂ ਦੇ ਮੁੰਡਿਆਂ ਦੇ ਸਿਰ 'ਚ, ਮੈਂ ਇਹਨੂੰ ਰੋਕਦੀ ਸੀ, ਮੈਂ ਕਿਹਾ ਹਟ ਜਾ। ਸਿਆਣੀਆਂ ਮਾਵਾਂ ਜਿਹੜੀਆਂ ਨੇ ਉਹ ਰੋਕਦੀਆਂ ਨੇ, ਉਹ ਕਟਾਉਂਦੀਆਂ ਨਹੀਂ। ਅੱਜ ਕੀ ਗੱਲ ਹੋਈ ਜੇ ਕਿ ਉਹਨਾਂ ਵੱਲੋਂ ਅੱਜ ਕਿ ਬੋਤਲਾਂ ਚਲਾਈਆਂ ਸੀ? ਪਹਿਲਾਂ ਤੁਸੀਂ ਉਦੋਂ ਦੀ ਸੁਣੋ ਗੱਲ, ਪਹਿਲਾਂ ਮੇਰੀ ਪਹਿਲੀ ਸੁਣ ਲੋਗੇ, ਹੈ ਨਾ? ਉਹਨਾਂ ਨੇ ਕੀ ਕੀਤਾ, ਇਹਨਾਂ ਨੇ ਕੀਤਾ ਪਹਿਲਾਂ, ਇਹਨਾਂ ਨੇ ਚਲ ਗਏ, ਉਹ ਵੀ ਚਲ ਗਏ ਜਿਹਨਾਂ ਦੀ ਮੇਨ ਲੜਾਈ, ਉਹ ਵੀ ਨਿਕਲ ਗਏ ਪਹਿਲਾਂ ਹੀ ਇਹਨਾਂ ਤੋਂ। ਇਹਨਾਂ ਜਨਾਨੀ ਨੇ ਮੈਨੂੰ ਕਿਹਾ ਤੁਹਾਡਾ ਨਾਂ ਤਾਂ ਲਿਖਾਇਆ, ਤੂੰ ਜਵਾਈ ਨੂੰ ਅੰਦਰ ਬਿਠਾਇਆ ਸੀ, ਗੋਰੇ ਜਵਾਈ, ਗੋਰਾ ਤੇਰਾ ਜਵਾਈ ਆ, ਉਹਨੂੰ ਤੂੰ ਅੰਦਰ ਬਿਠਾ ਕੇ ਬੈਠੀ ਸੀ। ਮੈਂ ਕਿਹਾ ਉਹ ਤਾਂ ਪਹਿਲਾਂ ਨਿਕਲ ਗਏ, ਮੈਂ ਕਿਉਂ ਉਹਨੂੰ ਅੰਦਰ ਬਿਠਾਉਣਾ ਹੈ? ਮਗਰ ਇਹ ਚਲ ਗਏ, ਸਾਨੂੰ ਨਹੀਂ ਸੀ ਪਤਾ ਵੀ ਇਹਨਾਂ ਨੇ ਸਾਡੇ ਸਿਆਪੇ ਕਰਨੇ ਆ। ਇਹਦਾ ਪੋਤ ਜਵਾਈ ਆਇਆ, 15 ਮੁੰਡੇ ਲੈ ਕੇ ਆਇਆ ਗਵਾਲ ਮੰਡੀ ਦੇ, ਕਿੱਥੇ ਦੇ ਲੈ ਕੇ ਆਇਆ ਮੁੰਡਾ, ਕਾਲੀਆਂ ਟੀ ਸ਼ਰਟਾਂ ਪਾਈਆਂ ਉਹਨਾਂ ਨੇ, ਕਿਰਪਾਨਾਂ ਤੇ ਦਾਤਰ ਉਹਨਾਂ ਨੇ ਫੜੇ ਆ। ਸਾਡੇ ਆ ਦੇਖ ਲਿਆ ਬਾਰੀ 'ਚ, ਬਾਹਰ ਦਾਤਰ ਵੱਜੇ ਆ, ਬੂਹੇ 'ਚ ਮਾਰੇ ਆ, ਉੱਧਰ ਗੇਟ ਸਾਡਾ ਆਹ ਦਰਵਾਜ਼ਾ ਤੋੜਿਆ ਇਹਨਾਂ ਨੇ, ਹੈ ਨਾ? ਅਤੇ ਇਹਨਾਂ ਨੇ ਗਾਲ ਪਾਈ ਆ, ਉਹ ਤਾਂ ਹੁਣ ਤੁਹਾਨੂੰ ਸੁਣਾ ਨਹੀਂ ਨਾ ਸਕਦੇ, ਸਾਨੂੰ ਤਾਂ ਪਤਾ ਨਹੀਂ ਨਾ, ਅਸੀਂ ਕਿਹੜਾ ਰਿਕਾਰਡਿੰਗ ਕੀਤੀ ਜਿਹੜੀਆਂ ਗਾਲਾਂ ਕੱਢੀਆਂ ਇਹਨਾਂ ਨੇ, ਬੜੀਆਂ ਗਾਲਾਂ ਕੱਢੀਆਂ, ਨਿਕਲੋ ਤੁਹਾਡਾ ਜਿੱਦ ਪਰਸੋਂ ਜਿੱਦਣ ਲੜਾਈ ਹੋਈ ਆ 11-12 ਵਜੇ ਇਹ ਮੁੰਡੇ ਲੈ ਕੇ ਆ ਗਿਆ। ਹੁਣ ਅੱਜ ਕੀ ਝਗੜਾ ਹੋਇਆ? ਅੱਜ ਸਾਡੇ ਇਹਨਾਂ ਨਾਲ ਕੋਈ ਝਗੜਾ ਹੀ ਨਹੀਂ, ਸੰਤ 5 ਵਜੇ ਬੁਲਾਇਆ ਸੀ ਤਾਂ 5 ਵਜੇ ਉੱਥੇ ਆ, ਸਾਨੂੰ ਕੀ ਪਤਾ ਇੱਧਰ ਕੌਣ ਮਾਰ ਗਿਆ ਕੌਣ? ਇਹ ਸਾਡੇ ਮਾਰਨ ਲੱਗ ਪਈ, ਮੇਰੀ ਕੁੜੀ ਨੂੰ ਰੋਂਦੀ ਨੇ ਫੋਨ ਕੀਤਾ ਕਿ ਦਾਦੀ ਜੀ ਉਹ ਬੋਤਲਾਂ ਮਾਰਨ ਡਏ ਆ, ਨਾਲੇ ਗਾਲਾਂ ਕੱਢਦੇ ਆ ਭਾਰ ਨੂੰ ਆਦੀ ਦਾ। ਹੁਣ ਪੁਲਿਸ ਪ੍ਰਸ਼ਾਸਨ ਆਈ ਸੀ ਕਿ ਪ੍ਰਸ਼ਾਸਨ ਦੇ ਗਈ? ਹਾਂਜੀ, ਉਹ ਮੈਨੂੰ ਕਹਿੰਦੇ ਤੁਸੀਂ ਨਾ ਮਾਤਾ ਜੀ ਬੋਲਿਓ, ਤੁਹਾਡੀ ਕੰਪਲੇਂਟ ਨਹੀਂ ਸੀ ਲਿਖੀ, ਅਸੀਂ ਕੰਪਲੇਂਟ ਲਿਖ ਲਈ ਆ, ਕੋਈ ਗੱਲ ਨਹੀਂ ਤੁਹਾਡੀ ਸੁਣਾਈ ਹੋਊਗੀ, ਉਹਨਾਂ ਨੇ ਕਹਿਤਾ। ਇੱਕ ਪੂਰੀ ਸੁਣੋ, ਮੇਰਾ ਫੁੱਲ ਭਰ ਬੱਚਾ, ਤੁਸੀਂ ਗਲੀ 'ਚ ਜਿੱਥੇ ਮਰਜ਼ੀ ਪੁੱਛ ਲਓ ਕਿ ਆਦੀ ਉਹਨੀ ਸਮੈਕ ਵੇਚਦੇ ਆ ਜਾਂ ਸ਼ਰਾਬ ਵੇਚਦੇ ਆ ਜਾਂ ਇਹ ਕਿੰਨੇ ਕੁ ਗੰਦੇ ਆ, ਇਹਨਾਂ ਦਾ ਪਤਾ ਲੱਗ ਜਾਊ ਵੀ ਇਹ ਕਿੰਨੇ ਕੁ ਗੰਦੇ ਆ, ਹੈ ਨਾ? ਇਹਨਾਂ ਮੁੰਡੇ ਨੇ ਸੈੱਟ ਕੱਢਿਆ ਮੇਰੇ ਘਰੋਂ,